सांसद परनीत कौर वालों सिद्धू मूसेवाला दे पिता दे नाल अज मुलाकात की गई ते इस दौरान सांसद ने परिवार दे नाल दुख सांझा कीता। मुलाकात करन तो बाद परनीत कौर ने कहा कि मूसेवाला दे कतल तो बाद उसके पिता बलकौर सिंह गम विच ने, उन्हां दी सेहत भी कमजोर हो गई है ते नाल ही उन्होंने पंजाब दी कानून व्यवस्था नूं लैके भी सवाल खड़े कीते ने। ਮੈਨੂੰ ਤਾਂ ਪਹਿਲੀ ਵਾਰੀ ਮੈਂ ਮਿਲੀ ਹੈ ਅਫਸੋਸ ਕਰਨ ਦੇ ਬਾਅਦ ਗੁਜ਼ਰੇ ਨੇ, ਔਰ ਸਿਹਤ ਤਾਂ ਮੈਨੂੰ ਇਹਨਾਂ ਦੀ ਅੱਧੀ ਲੱਗ ਰਹੀ ਹੈ। ਉਦੋਂ ਤੋਂ ਗੱਲਾਂ ਕਰ ਰਹੇ ਸੀ, ਮਨ ਉਹਨਾਂ ਦਾ ਭਰਿਆ ਹੋਇਆ ਸੀ ਬੇਟੇ ਦੀ ਯਾਦ, ਔਰ ਮੇਰੇ ਖਿਆਲ 'ਚ ਉਹੀ ਗਮ ਹੈ ਜਿਹੜਾ ਉਹਨਾਂ ਦੀ ਇਸ ਹਾਲਤ ਉਹ ਆਏ ਨੇ। ਇਨਸਾਫ ਮਿਲ ਵੀ ਰਿਹਾ, ਦੇਰੀ ਲੱਗ ਰਹੀ ਹੈ, ਉਹਦੀ ਨਾਮੋਸ਼ੀ ਤਾਂ ਹੁੰਦੀ ਹੋਈ ਹੈ, ਪਰ ਜਿਹੜਾ ਇੱਕ ਤੁਸੀਂ ਤੁਹਾਡਾ ਬੱਚਾ ਹੋ ਜਾਏ ਉਹ ਵੀ ਇੱਕੋ ਇੱਕ ਔਰ ਇਹਨਾਂ ਹੋਣ ਨਾਲ, ਔਰ ਆਪ ਹੀ ਦੱਸ ਰਹੇ ਸੀ ਕਿ ਮੈਂ ਹੀ ਸਾਰਾ ਕੁਛ ਸੀ, ਉਹਨਾਂ ਦਾ ਦੋਸਤ ਵੀ ਸੀ, ਮੈਨੇਜਰ ਵੀ ਸੀ, ਬਾਪ ਵੀ ਸੀ, ਸਿਕਿਉਰਿਟੀ ਵੀ ਸੀ। ਕਹਿੰਦੇ ਕਿ ਉਸ ਦਿਨ ਬਸ ਦੋ ਮਿੰਟਾਂ ਦੇ ਲਈ ਕਹਿੰਦੇ ਮੈਂ ਨਾਲ ਨਹੀਂ ਗਿਆ, ਦੂਜੀ ਗੱਡੀ ਲੈ ਕੇ ਚਲੇ ਗਏ ਉਹਨੂੰ ਘੁਮਾਉਣ ਦੇ ਲਈ। ਤਾਂ ਇਹ ਗੱਲ ਹੋ ਗਈ, ਦੁੱਖ ਇਹ ਹੈ ਉਹਨਾਂ ਨੂੰ ਕਿ ਜਿਹੜੀ ਸਿਕਿਉਰਿਟੀ ਹਟਾਉਂਦੇ ਨੇ ਨਹੀਂ ਹਟਾਉਂਦੇ, ਪਰ ਜਿਹੜਾ ਐਲਾਨ ਕਰਤਾ ਉਹ ਥੋੜ੍ਹੀ ਜਿਹੀ ਖੁੱਲ੍ਹੀ ਛੁੱਟੀ ਮਿਲ ਗਈ ਦੂਜਿਆਂ ਨੂੰ। ਸਿਕਿਉਰਿਟੀ ਤਾਂ ਹੋ ਗਈ, ਤੁਸੀਂ ਸਿਕਿਉਰਿਟੀ ਛੱਡੋ, ਲੋਅ ਐਂਡ ਔਰਡਰ ਬਹੁਤ ਬੁਰਾ, ਥਾਂ ਥਾਂ ਅਸਲੇ ਪਏ ਨੇ, ਅਸਲਾ ਇੰਨਾ ਕਦੀ ਆਇਆ ਹੀ ਨਹੀਂ ਪੰਜਾਬ 'ਚ ਜਿੰਨਾ ਹੁਣ ਹੈਗਾ। ਤਾਂ ਇਹਦੇ ਉੱਤੇ ਹੋਰ ਠੱਲ ਪਾਈ ਜਾ ਰਹੇ ਨੇ, ਪਰ ਜਿਹੜੀ ਅਸਲੀ ਜੜ੍ਹ ਹੈ ਉਸ ਦੇ ਉੱਤੇ ਇਹਨਾਂ ਨੂੰ ਕੰਮ ਕਰ